ਅੱਜ ਜੀ ਫਿਰ ਗੱਲ ਕਰਾਂਗੇ ਭੂ ਮਾਫੀਆ ਦੀ। ਪਹਿਲੇ ਵੀ ਅਸੀਂ ਕਈ ਵਾਰੀ ਸਟੋਰੀਆਂ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਭੂ ਮਾਫੀਆ ਸਰਕਾਰ ਦੇ ਉੱਤੇ ਹਾਵੀ ਹੈ। ਸਰਕਾਰ ਕੋਈ ਵੀ ਹੋਵੇ, ਰਾਜ ਮਾਫੀਆ ਦਾ ਚੱਲਦਾ। ਇਹ ਅਸੀਂ ਨਹੀਂ ਕਹਿ ਰਹੇ, MLA ਨੌਰਥ ਸਾਬਕਾ IPS ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਔਨ ਰਿਕਾਰਡ ਵਿਧਾਨ ਸਭਾ ਦੇ ਵਿੱਚ ਆਖਿਆ ਸੀ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਤੋਂ ਪੰਜਾਬ ਦੇ ਵਿੱਚ ਮਾਫੀਆ ਹੀ ਸਰਕਾਰ ਚਲਾ ਰਿਹਾ। ਹੁਣ ਅੱਜ ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ ਕਿ ਇਲੀਗਲ ਨਿਰਮਾਣ ਦੇ ਉੱਤੇ ਟਰੱਸਟ, ADA ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਅਤੇ ਕਾਰਪੋਰੇਸ਼ਨ, ਇਹ ਸਖ਼ਤ ਹੋ ਗਏ ਨੇ। ਸਖ਼ਤ ਕਿਸ ਤਰ੍ਹਾਂ ਹੋਏ ਨੇ, ਇਹ ਤਾਂ ਇਹਦੀ ਪਰਿਭਾਸ਼ਾ ਕੀ ਹੁੰਦੀ ਹੈ, ਇਹ ਤਾਂ ਸ਼ਾਇਦ ਇਹ ਅਫਸਰ ਹੀ ਜਾਣਦੇ ਹੋਣੇ ਆ, ਕਿਉਂਕਿ ਇਲੀਗਲ ਨਿਰਮਾਣ ਹਜੇ ਵੀ ਜਾਰੀ ਨੇ। ਕੱਲ੍ਹ ਹੀ ਜਾਗਦਾ ਜ਼ਮੀਰ ਦੇ ਸੁਭਾਸ਼ ਸਹਿਗਲ 103 ਇਮਾਰਤਾਂ ਦੀ ਸੂਚੀ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਦੇ ਕੇ ਆਏ ਹੈ। ਉਹ ਸੂਚੀ ਉਹਨੇ ਘਰ ਤਿਆਰ ਨਹੀਂ ਕੀਤੀ, ਉਹ ਸੂਚੀ ਜਿਹੜੀ ਹੈ ਉਹਨਾਂ ਦੇ ਹੀ ਇੱਕ ਅਫਸਰ ਵੱਲੋਂ ਤਿਆਰ ਕੀਤੀ ਗਈ ਸੀ, ਸਿਰਫ ਅਤੇ ਸਿਰਫ ਸੈਂਟਰਲ ਦੀ, ਕਿ ਇੱਥੇ ਇਲੀਗਲ ਨਿਰਮਾਣ ਹੋਏ ਨੇ। ਵੱਡੇ ਵੱਡੇ ਹੋਟਲ 8-8, 9-9, 10-10 ਮੰਜ਼ਿਲਾਂ ਹੋਟਲ ਬਣ ਗਏ, 3-3 ਫੁੱਟ ਗਲੀ ਦੇ ਵਿੱਚ ਇਹਨਾਂ ਨੇ ਹੋਟਲ ਬਣਾ ਦਿੱਤੇ। 50-60-70 ਗਜ ਜਗ੍ਹਾ ਉਹਦੇ 'ਤੇ ਵੀ 6-6 ਮੰਜ਼ਿਲਾਂ ਪਵਾ ਦਿੱਤੀਆਂ। ਵੀ ਜੇ ਕੱਲ੍ਹ ਨੂੰ ਕੋਈ ਹਾਦਸਾ ਹੋ ਗਿਆ, ਇਹਨਾਂ ਨੂੰ ਤਾਂ ਕੋਈ ਖੌਫ ਵੀ ਨਹੀਂ ਹੈ। ਇੱਥੋਂ ਤੱਕ ਕਿ ਹਾਈ ਕੋਰਟ ਮਾਨਯੋਗ ਦੇ ਆਦੇਸ਼ ਹਨ ਕਿ ਇੱਥੇ ਚਾਰ ਦੁਆਰੀ ਦੇ ਆਲੇ ਦੁਆਲੇ ਜਿੱਥੇ ਗਲਿਆਰਾ ਹੈ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ, ਕੋਈ ਵੀ ਬਿਲਡਿੰਗ ਜਿਹੜੀ ਹੈ 2.5 ਮੰਜ਼ਿਲਾਂ ਤੋਂ ਉੱਤੇ ਨਹੀਂ ਬਣਨੀ ਚਾਹੀਦੀ। ਪਰ ਇਹ ਕਾਗਜ਼ਾਂ ਤਾਂ ਕਾਗਜ਼ਾਂ ਦੇ ਵਿੱਚ ਤਾਂ ਇਮਾਰਤ ਨੂੰ ਸੀਲ ਕਰ ਦਿੰਦੇ ਹੈ, ਪਰ ਉੱਤੇ ਹਰੇ ਪਰਦੇ ਲਵਾ ਕੇ ਇਹ ਕਹਿੰਦੇ ਵੀ ਚੱਲ ਕਰੀ ਜਾ, ਕੰਮ ਕਰੀ ਜਾ। ਅਤੇ ਜੇ ਕੋਈ ਸਮਾਜ ਸੇਵੀ ਉੱਠਦਾ, ਸ਼ਿਕਾਇਤ ਕਰਦਾ, ਕਦੀ ਉਹਨੂੰ ਬਲੈਕਮੇਲਰ ਦਾ ਨਾਂ ਦੇ ਦਿੰਦੇ ਹੈ, ਅਤੇ ਕਦੀ ਉਹਨੂੰ ਕਹਿੰਦੇ ਵੀ ਸ਼ਿਕਾਇਤੀ ਬੜਾ। ਅਤੇ ਫਿਰ ਜੇ ਬਹੁਤ ਕਿਤੇ ਇਹਨਾਂ ਦੇ ਉੱਤੇ ਆ ਜਾਵੇ ਵੀ ਹੁਣ ਇਹਨਾਂ ਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਹੀ ਪੈਣੀ ਹੈ, ਅਤੇ ਫਿਰ ਇਹ ਕੋਸਮੈਟਿਕ ਡੈਮੋਲਿਸ਼ਨ ਕਰਕੇ ਆਉਂਦੇ ਨੇ। ਮੇਰੇ ਨਾਲ ਮੇਰੇ ਸਾਥੀ ਰਾਕੇਸ਼ ਸ਼ਰਮਾ। ਸ਼ਮਾ ਜੀ ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਮਾ ਜੀ, ਤੁਸੀਂ ਦੇਖੋ, ਇਹ ਢੀਠ ਮਿੱਟੀ ਦੇ ਨੇ, ਇੱਡੀ ਮੋਟੀ ਚਮੜੀ ਦੇ ਨੇ, ਇਹਨਾਂ ਨੂੰ ਕੋਈ ਫਰਕ ਨਹੀਂ ਹੈ। ਮਤਲਬ ਹਾਈ ਕੋਰਟ ਨੂੰ ਨਹੀਂ ਮੰਨਦੇ, ਤੁਹਾਡੀ ਸਾਈਡ 'ਤੇ ਗਾਲੀ ਛੱਡਦੀ ਹੈ। ਹਾਈ ਕੋਰਟ ਦੇ ਵਿੱਚ ਪਹਿਲੀ ਵਾਰ ਰਾਕੇਸ਼ ਜੀ ਤੋਂ ਰਿਟ ਦਾਇਰ ਹੁੰਦੀ ਹੈ, ਸਰਬਜੀਤ ਸਿੰਘ ਵੇਰਕਾ ਨੇ ਰਿਟ ਪਾਈ ਸੀ। ਉਦੋਂ ਸੀਗੀਆਂ ਮੇਰਾ ਖਿਆਲ 125 ਦੇ ਕਰੀਬ ਹੋਟਲ ਸਨ। 2013 'ਚ ਕਮੇਟੀ ਬਣ ਜਾਂਦੀ ਹੈ, ਕਮੇਟੀ ਰਿਪੋਰਟ ਦਿੰਦੀ ਹੈ, ਅਤੇ ਹੁਣ 2024 ਆ ਗਿਆ, ਅਤੇ ਮੇਰਾ ਖਿਆਲ 700-800 ਵੱਧ ਜਿਹੜੀਆਂ ਇਮਾਰਤਾਂ ਬਣ ਗਈਆਂ। ਅਤੇ ਇਹਨਾਂ ਦਾ ਰੇਟ ਵੇਖੋ ਤੁਸੀਂ ਰਕੇਸ਼ ਜੀ, ਇੱਕ ਲੈਂਟਰ ਦਾ ਰੇਟ 5 ਲੱਖ, 10 ਲੱਖ, ਮਤਲਬ ਇੰਨੇ ਰੇਟ ਨਾਲ ਸ਼ੁਰੂ ਹੁੰਦੇ। ਅਤੇ ਕਿੰਨੇ ਲੈਂਟਰ ਪਏ ਹੋਣੇ ਹੁਣ ਤੱਕ? 700 ਜੇ ਅਸੀਂ ਬਿਲਡਿੰਗਾਂ ਲਾ ਲਈਏ, ਅਤੇ ਇੱਕ ਬਿਲਡਿੰਗ ਦੇ ਜੇ 3 ਲੈਂਟਰ ਵੀ ਲਾ ਲਈਏ, ਅਤੇ 5 ਲੱਖ ਉਹਨੂੰ ਕੈਲਕੂਲੇਟ ਕਿਤੇ ਰਕੇਸ਼ ਜੀ, ਅਤੇ ਫਿਗਰਾਂ ਹੀ ਮੁੱਕ ਜਾਣੀਆਂ, ਅਤੇ ਇਹਨਾਂ ਨੂੰ ਕੀ ਫਰਕ ਪੈਂਦਾ? ਕਹਿੰਦੇ ਆਈ ਜਾਣ ਦੇਸ਼, ਸਾਨੂੰ ਕੀ ਕਰੋਗੇ, ਸਸਪੈਂਡ ਕਰ ਦਿਓਗੇ ਜਾਂ ਬਦਲ ਦਿਓਗੇ ਜਾਂ ਸਾਨੂੰ ਚਾਰਜਸ਼ੀਟ ਕਰ ਦਿਓਗੇ? ਉਹ ਹਾਈਕੋਰਟ, ਮਾਨਯੋਗ ਹਾਈਕੋਰਟ ਦੀ ਗੱਲ ਚੇਤਾ ਆਉਂਦੀ ਹੈ ਵੀ ਇਹਨਾਂ ਨੂੰ ਤਾਂ ਬਰਖਾਸਤ ਕਰਨਾ ਚਾਹੀਦਾ। ਅਤੇ ਜਿਹੜੇ ਜਿਹੜੇ ਬੰਦੇ ਨੇ ਇਲੀਗਲ ਬਿਲਡਿੰਗ ਬਣਵਾਈ ਨਾ, ਜਿਹੜੀ ਵੀ ਬਣਾਈ ਹੈ ਇਲੀਗਲ ਬਿਲਡਿੰਗ, ਉਹਦੇ ਕੋਲੋਂ ਮਾਰਕੀਟ ਰੇਟ ਦੇ ਹਿਸਾਬ ਦੇ ਨਾਲ ਸਾਰੀਆਂ ਮੰਜ਼ਿਲਾਂ ਦੇ ਪੈਸੇ ਲੈਣੇ ਚਾਹੀਦੇ। ਅਸੀਂ ਨਹੀਂ ਕਹਾਉਂਦੇ ਉਹਨੂੰ, ਚਾਹੁੰਦੇ ਉਹਨੂੰ ਢਾ ਦਿਓ, ਪਰ ਉਹਨਾਂ 'ਤੇ ਕੋਈ, ਯਾਰ ਤੁਸੀਂ ਕੋਈ ਨਿਯਮ 'ਤੇ ਲਾਗੂ ਕਰੋ, ਕੁਛ ਤਾਂ ਕਰੋ। ਰੇਲਵੇ ਸਟੇਸ਼ਨ ਦੇ ਸਾਹਮਣੇ ਹੋਟਲ ਬਣ ਰਿਹਾ, ਕਹਿੰਦੇ ਵੀ ਕੋਈ ਉਹਨੇ ਆਲੇ ਦੁਆਲੇ ਜਗ੍ਹਾ, ਹਾਂ ਬਾਉਂਡਰੀ ਛੱਡਣੀ ਯਾਰ, 20-20 ਫੁੱਟ ਦੀ ਕੋਈ ਨਹੀਂ ਛੱਡੀ, ਦੇਖੋ ਮਕਾਨ ਢਹਿ ਗਏ ਲਾਗੇ ਲਾਗੇ, ਕੋਈ ਐਕਸ਼ਨ ਨਹੀਂ। ਇਹ ਕੋਈ ਵੇਖਣ ਨਹੀਂ ਜਾਣ ਡਿਆ, ਨੌਰਥ ਵਾਲੇ ਅਧਿਕਾਰੀ ਸੁੱਤੇ ਪਏ ਆ ਹੋਟਲ ਨੂੰ ਵੇਖਣ, ਚੈੱਕ ਕਰਨ ਕਿ ਉਹਨੇ 2-3 ਉਹਨੇ ਬੇਸਮੈਂਟਾਂ ਬਣਾ ਲਈਆਂ, ਕਿ ਉਹਨੇ 20 ਫੁੱਟ ਜਗ੍ਹਾ ਛੱਡੀ ਆਲੇ ਦੁਆਲੇ। ਇਸ ਕਰਕੇ ਰਕੇਸ਼ ਜੀ, ਇਹਦਾ ਰੱਬ ਹੀ ਰੱਖਿਆ। ਅਸੀਂ ਕਈ ਵਾਰੀ ਜ਼ਮੀਨ, ਸਰਕਾਰੀ ਜ਼ਮੀਨਾਂ ਦੇ ਕਬਜ਼ੇ ਦੀ ਗੱਲ ਕਰਦੇ ਹਾਂ ਫਤਾਹਪੁਰ, ਹਾਂ ਕਿਆ ਸਰਕਾਰੀ, ਮਤਲਬ ਅਫਸਰ ਇੰਨੇ ਬੇਬਸ ਨੇ ਇਹਨਾਂ ਮਾਫੀਆ ਦੇ ਅੱਗੇ ਕਿ ਉਹ ਜਗ੍ਹਾ ਨੂੰ ਖਾਲੀ ਕਰਾਉਣ ਦੀ ਕੋਈ ਗੱਲ ਹੀ ਨਹੀਂ ਕਰਦਾ। ਵੀ ਸਰਕਾਰ ਦੀ ਜਗ੍ਹਾ ਨਾ ਤੁਹਾਡੇ ਨਾਲ ਹੋਣੀ ਹੈ, ਨਾ ਉਹ ਮੇਰੇ ਨਾਲ ਹੋਣੀ, ਅਤੇ ਨਾ ਕਿਸੇ
ਹੋਰ ਲੀਡਰ ਇਹ ਆਉਣੀ ਸਰਕਾਰ ਦੇ ਖਾਤੇ 'ਚ, ਨਿਗਮ ਦੇ ਨਾਂ ਚੜ੍ਹਨੀ ਹੈ ਅਤੇ ਨਿਗਮ ਵੇਚ ਕੇ ਆਪਣਾ ਥੋੜ੍ਹਾ ਕਰਜ਼ਾ ਹੀ ਲਾ ਲਵੇ। ਵੇਖੋ ਖਾਲੀ ਕੀ ਕਰਾਉਣਾ, ਉਹ ਤਾਂ ਬੋਰਡ ਨਹੀਂ ਕਲਾਉਣ ਡੇ ਵੀ ਇਹ ਝਗੜੇ ਵਾਲੀ ਜਗ੍ਹਾ ਜਾਂ ਸਰਕਾਰੀ ਜਗ੍ਹਾ ਇਹਨੂੰ ਨਾ ਖਰੀਦੋ ਜੀ। ਮਤਲਬ ਵੱਡੇ ਵੱਡੇ ਮਗਰਮਾਸ਼ਾ ਉਹਦੇ ਮਗਰ, ਵੱਡੇ ਵੱਡੇ ਮਗਰਮਾਸ਼ ਜਿਹਨਾਂ ਨੂੰ ਫਿਰ ਵੇਖੋ, ਉਹ ਜਿਹੜਾ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਸੀ ਉਹਦੇ ਵੀ, ਤੁਸੀਂ ਆਪਣੇ ਨਿੱਜੀ ਫਾਇਦੇ ਲਈ ਕੋਈ ਕੋਈ 50 ਲੱਖ ਜਾਂ ਕਰੋੜ ਕਮਾ ਲਓਗੇ, ਕੋਈ ਕਹਿੰਦਾ 50 ਲੈ ਲਿਆ ਫਲਾਣੇ ਨੇ, ਕੋਈ ਕਹਿੰਦਾ 30 ਲੈ ਲਿਆ, ਵੀ 30 ਕਰੋੜ ਵੀ ਕਮਾ ਲਓ ਲਾ ਲਓ, 2 ਕਰੋੜ ਵੀ ਕਮਾ ਲਓ, 5-7-10 ਬੰਦੇ ਮਾਫੀਏ ਖੁਸ਼ ਵੀ ਕਰ ਲਓ, ਅਤੇ ਜਿਹੜਾ ਸਾਰਾ ਸ਼ਹਿਰ ਤੁਹਾਡਾ ਨਾਰਾਜ਼ ਹੋਣ ਡਿਆ, ਤੁਹਾਡੀ ਥੂ ਥੂ ਹੋਣ ਡੀ ਹੈ, ਇਹਨਾਂ ਨੂੰ ਚਿੰਤਾ ਹੀ ਕੋਈ ਨਹੀਂ ਇਹ ਗੱਲ ਦੀ। ਇਹ ਲੀਡਰਾਂ ਨੂੰ ਇਹਨੇ ਤੁਹਾਨੂੰ ਇਲੈਕਸ਼ਨ ਦਾ ਕੇ ਲੋਕਾਂ ਨੇ ਘਰ ਬਹਾ ਦੇਣਾ, ਫਿਰ ਚੰਗੇ ਰਹੋਗੇ। ਜੇ ਇਲੈਕਸ਼ਨ ਜਿੱਤੋਗੇ ਤਾਂ ਫਿਰ ਤਾਂ ਤੁਹਾਡੀ ਅੱਡੀ ਚੱਲਦੀ ਰਹਿਣੀ ਆ, ਕੁਛ ਨਾ ਕੁਛ ਆਉਂਦਾ ਰਹਿਣਾ, ਥੋੜ੍ਹਾ ਥੋੜ੍ਹਾ ਕਰਕੇ ਜ਼ਿਆਦਾ ਹੋਏ ਨਾ। ਜੇ ਜੀ ਰਾਤ ਨੂੰ ਬੰਦਾ 2 ਰੋਟੀਆਂ ਵੱਧ ਖਾ ਲਏ ਨਾ, ਅਤੇ ਸਾਰੀ ਰਾਤ ਨੀਂਦ ਨਹੀਂ ਪੈਂਦੀ ਉਹਨੂੰ, ਵੀ ਇਹਨਾਂ ਨੋਟ ਖਾਣੇ, ਇਹਨਾਂ ਨੇ ਰੇਤਾ ਖਾਣੀ ਹੈ, ਇਹਨਾਂ ਨੇ ਸੋਨਾ ਖਾਣਾ, ਵੀ ਖਾਣਾ ਕੀ ਹੈ ਤੁਸੀਂ, ਆਉਣ ਵਾਲੀਆਂ ਨਸਲਾਂ ਵਾਸਤੇ ਤੁਸੀਂ ਕਿੰਨਾ ਮਾਲ ਇਕੱਠਾ ਕਰਕੇ ਜਾਣਾ ਚਾਹੁੰਦੇ ਹੋ। ਸ਼ਹਿਰ ਨੂੰ ਰੱਬ ਦਾ ਵਾਸਤਾ ਜੀ ਕੁਛ ਦਿਓ, ਜਿਹਦੇ ਕਰਕੇ ਲੋਕਾਂ ਨੇ ਤੁਹਾਨੂੰ ਚੁਣਿਆ, ਵੀ ਸ਼ਹਿਰ 'ਚ ਨਰਕ ਬਣਿਆ ਸ਼ਹਿਰ ਕਿਸੇ ਜੀ, ਜੇ ਇੰਦੌਰ ਹਰ ਸਾਲ ਫਸਟ ਆ ਸਕਦਾ ਤਾਂ ਅੰਮ੍ਰਿਤਸਰ ਕਿਉਂ ਨਹੀਂ? ਬਿਲਕੁਲ ਗਲਤ ਤੁਸੀਂ ਕਰਦੇ ਹੋ, ਗੁਰੂ ਦੀ ਨਗਰੀ ਹੈ, ਸਾਰੇ ਜਾਣੇ ਆਉਂਦੇ, ਆਪਾਂ ਮੱਥਾ ਟੇਕਣ ਵੀ ਆਉਂਦੇ, ਜਦੋਂ ਕੋਈ ਵੱਡਾ ਲੀਡਰ ਬਣਦਾ ਕਿਸੇ ਨੂੰ ਉਹਦਾ ਮਿਲਦਾ, ਉਹ ਜ਼ਰੂਰ ਆਉਂਦਾ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ, ਸ਼੍ਰੀ ਦੁਰਗਿਆਨਾ ਤੀਰਥ ਮੱਥਾ ਟੇਕਣ, ਅਤੇ ਸ਼੍ਰੀ ਰਾਮ ਤੀਰਥ ਮੱਥਾ ਟੇਕਣ। ਬਈ ਗੁਰੂ ਦੀ ਨਗਰੀ ਹੈ, ਦੇਖੋ ਤੁਸੀਂ ਇਹਨੂੰ ਵੀ ਕੂੜੇ ਦੇ ਢੇਰ 'ਚ ਤਬਦੀਲ ਕਰਤਾ, ਸਮਝ ਤੋਂ ਪਰੇ, ਜਗ੍ਹਾ ਜਗ੍ਹਾ ਕੂੜੇ ਦੇ ਢੇਰ, ਇਹਨੂੰ ਗੁਰੂ ਨਗਰੀ ਆ, ਇਹਨੂੰ ਇਹਨਾਂ ਨੇ ਨਰਕ ਨਗਰੀ ਬਣਾ ਕੇ ਰੱਖਤਾ ਜੀ, ਕਿ ਜਿੱਥੇ ਵੇਖੋ ਕੂੜੇ ਦਾ ਢੇਰ, ਜਿੱਥੇ ਵੇਖੋ ਕੂੜੇ ਦਾ ਢੇਰ, ਸੀਵਰੇਜ ਬੰਦ। ਬੰਦ ਕਿਉਂ? ਕਿ ਸ਼ਹਿਰ ਦੇ ਵਿੱਚ ਇਲੀਗਲ ਹੋਟਲਾਂ ਦੀ, ਇਲੀਗਲ ਬਿਲਡਿੰਗਾਂ ਦੀ ਭਰਮਾਰ ਹੀ ਕਰਤੀ ਆ। ਵੇਖੋ ਲੋਕਾਂ ਨੇ ਕੀ ਕੀਤਾ, ਦਰਬਾਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਟੂਰਿਸਟ ਬਹੁਤ ਆਉਂਦਾ, ਲਗਭਗ 1 ਲੱਖ ਬੰਦਾ ਰੋਜ਼ ਜਾਂ ਨਾ ਆਉਂਦਾ ਜੀ, ਉੱਥੇ ਆਲੇ ਦੁਆਲੇ ਰਹਿਣ ਨੂੰ ਹੋਟਲ ਨਹੀਂ ਲੱਭਦਾ। ਹੁਣ ਲੋਕਾਂ ਕਿਹਾ ਵੀ ਕਮਾਈ ਬੜੀ ਇਹ 'ਚ ਯਾਰ, ਹੋਰ ਕਾਰੋਬਾਰ ਲੱਭਦਾ ਨਹੀਂ ਜੀ, ਉਹ ਆਪਣੇ ਰਿਹਾਇਸ਼ੀ ਘਰਾਂ ਨੂੰ ਹੀ ਉਹਨਾਂ ਹੋਟਲ ਬਣਾਤੇ ਆ, ਉਦੋਂ 3-3, 4-4 ਮੰਜ਼ਿਲਾ ਬਣਾਤੇ ਆ, 3-3 ਫੁੱਟ ਗਲੀਆਂ 'ਚ 7-7 ਮੰਜ਼ਿਲਾ ਹੋਟਲ ਬਣ ਗਏ ਆ। ਲੱਕੜ ਮੰਡੀ ਦੇ ਹੋਟਲ ਨੇ ਕਿੰਨੀ ਵਾਰੀ ਗੱਲ ਕੀਤੀ ਆ, ਵੀ ਵੇਖੋ ਇੱਕ ਬੰਦੇ ਨੇ ਉੱਥੇ 8 ਮੰਜ਼ਿਲਾ ਹੋਟਲ ਬਣਾਤਾ, ਉਹਦੇ ਨਾਲ ਨਾਲ 4 ਹੋਟਲ ਹੋਰ ਬਣ ਗਏ, ਉਹ ਪੌੜੀਆਂ ਵਾਲੇ ਹੋਟਲ ਦੀ ਤਾਂ ਕੋਸਮੈਟਿਕ ਡੈਮੋਲੇਸ਼ਨ ਕਰ ਆਏ, ਉਹ ਜਿਹੜਾ 8 ਮੰਜ਼ਿਲਾ ਸੀ ਉਹਦੀ ਕੋਣ ਉਹਦੀ ਡੈਮੋਲੇਸ਼ਨ ਕਹਿੰਦੇ, ਉਹਦੀ ਵੀ ਕੋਸਮੈਟਿਕ ਹੀ ਕਰਨ ਦੇ, ਜਿਹਨੇ ਸੀਲ ਤੋੜ ਲਈ ਆ। ਮੈਂ ਕਿਹਾ ਦੇਖੋ CBO ਦੀ ਟੀਮ ਆਉਂਦੀ ਹੈ, ਰਿਪੋਰਟ ਬਣਾ ਜਾਂਦੀ ਹੈ 23 ਬਿਲਡਿੰਗਾਂ ਦੀ, ਹੁੰਦਾ ਕੋਈ ਐਕਸ਼ਨ? ਕੀ ਇਹਨਾਂ ਨੂੰ ਨਹੀਂ ਦਿਸਦਾ ਨਾ? ਅਸੀਂ ਤਾਂ ਇੱਕ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਉਦੋਂ ਹੀ ਬੇਨਤੀ ਕੀਤੀ ਸੀ ਵੀ ਤੁਹਾਨੂੰ ਜੇ ਤੁਹਾਡੇ ਅਧਿਕਾਰੀ ਗੁੰਮਰਾਹ ਕਰ ਰਹੇ ਨਾ, ਸਾਡੇ ਨਾਲ ਚੱਲੋ, ਆਪਾਂ ਤਾਂ ਉਹਨਾਂ ਨੂੰ ਸਲਾਹ ਵੀ ਦਿੱਤੀ ਸੀ ਕੁਛ ਨਾ ਕਰੋ। 5 ਵਿਧਾਨ ਸਭਾ ਹੈਗੇ ਨੇ ਅੰਮ੍ਰਿਤਸਰ ਦੇ ਵਿੱਚ, ਸ਼ਹਿਰ ਦੇ ਵਿੱਚ, ਅਤੇ ਇੱਕ ਦਿਨ ਆਪਣੇ ਕਿਸੇ ਬੇਲਦਾਰ ਨੂੰ ਬਿਠਾਓ, ਸਾਰਾ ਕੰਮ ਬੇਲਦਾਰ ਨੂੰ ਪਤਾ ਹੁੰਦਾ ਵੀ ਕਿੱਥੇ ਕੀ ਹੋ ਰਿਹਾ, ਕਿੱਥੇ ਇਲੀਗਲ ਬਿਲਡਿੰਗ ਬਣੀ ਹੈ, ਕਿੱਥੇ ਹਰੇ ਪਰਦੇ ਆ, ਕਿੱਥੇ ਸੀਲ ਬਿਲਡਿੰਗ ਹੈ, ਕੰਮ ਚੱਲਣ ਡਿਆ ਅੰਦਰ, ਉਹਨੂੰ ਬਿਠਾਓ ਵੀ ਕੋਈ ਪੋਲਿਸੀ, ਕੋਈ ਪੈਸਾ ਸਰਕਾਰ ਦੇ ਖਾਤੇ 'ਚ ਆਏ। ਤੁਹਾਨੂੰ ਯਾਦ ਹੋਣਗੇ ਜੀ, MTP ਇੱਕ ਲਿਸਟ ਕੱਢਦੇ ਨੇ, ਕੋਈ 22-23 ਉਹਦੇ 19 ਬਿਲਡਿੰਗਾਂ ਦੇ ਕੱਢਦੇ ਆ, ਅਤੇ ਉਹਦੇ 'ਚ ਜਿੰਨਾ ਜੇ 21 ਨਵੰਬਰ ਨੂੰ 9 ਦੇ ਉੱਤੇ ਕਾਰਵਾਈ ਕਰਾਉਂਦੇ ਆ, ਕੋਸਮੈਟਿਕ ਡੈਮੋਲੇਸ਼ਨ। ਜਿਹਦੇ ਵੇਖੋ ਜਿਹੜੇ ਬੰਦੇ ਇਹਨਾਂ ਨੇ ਥੋੜੇ ਫੜਾਏ ਸੀ ਨਾ, ਜਿਹੜੇ ਬੰਦੇ ਉਹ ਫੋਟੋਆਂ ਹੀ ਉਹਨੂੰ ਬੰਦੇ ਨੇ ਵਿਖਾਏ ਆ, ਉਹ ਆਂਦਾ ਵੀ ਇਹ ਬੰਦੇ ਹੈਗੇ ਇਹਨਾਂ ਨੂੰ ਪਾਣੀ ਪਿਆਉਣ ਵਾਲੇ ਜਾਂ ਇਹਨਾਂ ਦੀ ਗਿਰਾਈ ਕਰਨ ਵਾਲੇ, ਉਹ ਬੰਦੇ ਹੈਗੇ ਆ, ਆਂਦਾ ਉਹਨਾਂ ਕੋਲ ਥੋੜਾ ਚੱਲਣਾ ਹੀ ਨਹੀਂ, ਉਹਦੇ 1 ਤੇ ਚਲਾ ਲੈਣਗੇ, 2 ਦੇ 30 ਲੇਬਰ ਕਿਉਂ ਨਹੀਂ ਲੈ ਕੇ ਗਏ? ਤੁਸੀਂ ਲੇਬਰ ਲੈ ਕੇ ਜਾਂਦੇ, ਚੰਗੀ ਤਰ੍ਹਾਂ ਮਸ਼ੀਨਾਂ ਲੈ ਕੇ ਜਾਂਦੇ, ਚੰਗੀ ਤਰ੍ਹਾਂ ਤੋੜ ਭੰਨ ਕਰਕੇ ਆਉਂਦੇ, ਫਿਰ ਪਤਾ ਲੱਗਦਾ ਵੀ ਤੁਸੀਂ ਕੀਤੀ ਆ। ਇੱਥੇ ਵੇਖੋ ਵੀ ਸ਼੍ਰੀ ਦਰਬਾਰ ਸਾਹਿਬ ਲਾਗੇ 6-7 ਮੰਜ਼ਿਲਾ ਹੋਟਲ ਬਣਾਤਾ ਜੀ, HEPC ਨੂੰ ਉਹਦੀ ਸ਼ਿਕਾਇਤ ਕਰਨੀ ਪਈ, ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ, ਉਹਨਾਂ ਦੇ ਕਹਿਣ 'ਤੇ 1 ਮੰਜ਼ਿਲ 'ਚ ਹੀ ਢਾਈ, ਉਹ ਵੀ ਮਗਰੋਂ ਦੇ ਸਟੇਅ ਲੈ ਕੇ, ਉੱਥੇ ਫਿਰ ਕੰਮ ਜਾਰੀ ਹੈ, ਇਹ ਤਾਂ ਅੱਖਾਂ ਮੀਟ ਕੇ ਬੈਠੇ ਆ, ਤੁਸੀਂ ਇਹਨਾਂ ਨੂੰ ਦਿਸਦਾ ਹੀ ਕੁਛ ਨਹੀਂ, ਕਿੱਥੇ ਕਰਨਾ ਚੀਲ ਮੰਡੀ ਸਾਰੀ।
ਵੇਖੋ ਹੋਟਲ ਹੀ ਹੋਟਲ ਬਣ ਗਿਆ, 150 ਬੱਕਰਵਾਣਾ ਬਾਜ਼ਾਰ ਵੇਖੋ ਹੋਟਲ ਹੀ ਹੋਟਲ ਬਣ ਗਿਆ ਜੀ। ਇਹ ਕਹਿੰਦੇ ਹਾਂ ਵੀ ਇੱਕ ਹੋਰ ਸੁਝਾਵ ਦੇ ਦਿੰਦੇ ਹਾਂ ਸਾਰੇ ਅਫਸਰਾਂ ਨੂੰ, ਜਾਗਦਾ ਜ਼ਮੀਰ ਵਾਲਿਆਂ ਨੂੰ ਲਾ ਲੈ ਲਓ, ਸਾਨੂੰ ਲੈ ਲਓ, ਦੋ ਤਿੰਨ ਜਿਹੜੇ ਆਰਟੀਆਈ ਐਕਟਿਵਿਸਟ ਹੈਗੇ ਉਹਨਾਂ ਨੂੰ ਬੇਲੇ ਆਰੇ ਵਾਲੇ ਨੂੰ ਲੈਣ, ਤੁਹਾਨੂੰ ਸਾਰੇ ਦੱਸ ਦੇਣਗੇ ਵੀ ਕਿੱਥੇ ਕਿੱਥੇ ਬਾਬੇ ਭਲਵਿੰਦਰ ਨੂੰ ਲੈਣ, ਪਦਮੇਸ਼ ਨੂੰ ਲੈਣਾ ਨਾਲ, ਪਦਮੇਸ਼ ਨੂੰ ਵੀ ਲੈਣ। ਅਤੇ ਚਲੋ ਰਕੇਸ਼ ਜੀ, ਹੁਣ ਤੁਸੀਂ ਦੇਖੋ ਇੱਕ ਪਾਸੇ ਤਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਪੁਰਾਣੀਆਂ ਕਲੋਨੀਆਂ ਨੂੰ ਅਸੀਂ ਲੀਗਲਾਈਜ਼ ਕਰ ਦਿੰਦੇ ਹਾਂ ਅਤੇ ਅੱਜ ਤੋਂ ਬਾਅਦ ਕੋਈ ਵੀ ਇਲੀਗਲ ਕਲੋਨੀ ਨਹੀਂ ਬਣੇਗੀ ਅਤੇ ਜਿਹੜਾ ਬਣਾਏਗਾ ਉਹਨੂੰ ਕਿੰਨੇ 10 ਲੱਖ ਤੋਂ ਲੈ ਕੇ 1 ਕਰੋੜ ਤੱਕ ਜੁਰਮਾਨਾ ਅਤੇ 5 ਜਾਂ 10 ਸਾਲ ਦੀ ਕੈਦ। ਅਤੇ ਕੀ ਮੈਂ ਪੁੱਛਣਾ ਚਾਹੁੰਦਾ ਵੀ ਕੀ ਪੰਜਾਬ ਦੇ ਵਿੱਚ ਹੁਣ ਇਲੀਗਲ ਕਲੋਨੀਆਂ ਬਣੀਆਂ ਬੰਦ ਹੋ ਗਈਆਂ? ਬਿਲਕੁਲ ਹੀ ਬੰਦ ਹੋਈਆਂ, ਉੱਦਾਂ ਹੀ ਬਣਨੀਆਂ, ਡਬਲ ਸਪੀਡਾਂ ਹੋ ਗਈਆਂ। ਉਹਨਾਂ ਨੂੰ ਪਤਾ ਵੀ ਸਰਕਾਰ ਨੇ ਵੋਟਾਂ ਦੀ ਰਾਜਨੀਤੀ ਆ, ਸਰਕਾਰ ਕਿਸੇ ਦਾ ਘਟਾ ਨਹੀਂ ਸਕਦੀ, ਸਰਕਾਰ ਨੇ ਕਲੋਨੀਆਂ ਰੈਗੂਲਰ ਕਰਨੀਆਂ ਕਰਨੀਆਂ, ਅਫਸਰ ਹੀ ਦੱਸ ਦਿੰਦੇ ਵੀ ਸਾਨੂੰ ਦੀ ਸਾਡਾ ਦਿਓ ਅਤੇ ਕੰਮ ਕਰੋ, ਕੁਛ ਨਹੀਂ ਹੁੰਦਾ। ਸਰਕਾਰ ਨੇ ਆਪੇ ਪੋਲਸੀ ਲੈ ਨਹੀਂ, ਜੇ ਵਨ ਟਾਈਮ ਸੈਟਲਮੈਂਟ ਸਕੀਮ ਆਊਗੀ ਤੁਹਾਡੀ ਪੋਲਸੀ ਰੈਗੂਲਰ ਕਰ ਦਿਆਂਗੇ। ਹੁਣ ਅੱਜ ਮੈਂ ਅਖਬਾਰ 'ਚ ਪੜ੍ਹਨ ਡਿਆਂ ਦੇ ਜੀ, ਲੋਕਲ ਬੋਡੀ ਵਿਭਾਗ ਬੜਾ ਤੇਜ਼ ਹੋ ਗਿਆ, ਆਉਂਦੇ ਪੰਜਾਬ ਅੰਡਰ ਹਾਈਕੋਰਟ ਆਰਡਰਾਂ ਦੀ ਇੰਨ ਮਿੰਨ ਪਾਲਣਾ ਕਰਨੀ ਆ ਜੀ। ਆਉਂਦੇ ਉਹਨਾਂ ਜਿਹੜੇ ਆਪਣੇ ਥਰਡੇ ਭਾਗ ਆ, ਜਿੱਦਾਂ ਕਾਰਪੋਰੇਸ਼ਨ, ਨਗਰ ਨਿਗਮ ਆ, ਨਗਰ ਸੁਧਾਰ ਟਰੱਸਟ ਆ, ADA, ਉਹਨਾਂ ਕਮਰ ਕਸਲੀ, ਕਮਰ ਤੇ ਕਸਲੀ ਦੀ ਅਖਬਾਰਾਂ 'ਚ ਬਿਆਨ ਲਵਾਉਣ ਦੀ ਕੋਈ ਕਾਰਵਾਈ ਵਿਖਾਓ, ਪ੍ਰੈਸ ਨੂੰ ਨਾਲ ਖੜੋ, ਸਾਹਮਣੇ ਕੋਈ ਬਿਲਡਿੰਗ ਵੱਡੀ ਵਿਖਾਓ ਵੀ ਤੋੜੀ ਹੋਵੇ। ਨਹੀਂ ਤੋੜਨ ਫਿਰ ਜਿਵੇਂ ਟਵਿਨ ਟਾਵਰ ਢੱਠੇ ਦੇ ਕੇ ਜੀ, ਜਿਵੇਂ ਨੋਇਡਾ 'ਚ ਟਵਿਨ ਟਾਵਰ ਜੇ ਢਹਿ ਸਕਦੇ ਨਾ ਰਕੇ ਜੀ, ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਨਾਲ, ਅਤੇ ਹਾਈਕੋਰਟ ਦੇ ਆਦੇਸ਼ਾਂ ਦੀ ਇੱਥੇ ਪਾਲਣਾ ਕਿਉਂ ਨਹੀਂ, ਇਹ ਬਹੁਤ ਵੱਡਾ ਸਵਾਲ ਹੈ। ਤੁਸੀਂ ਦੇਖੋ ਵੀ ਤੁਸੀਂ ADA ਨੇ ਕੁਛ ਕਲੋਨੀਆਂ 'ਤੇ ਕਾਰਵਾਈ ਕੀਤੀ, ਮੈਂ ਜਿਹੜੇ ADA ਦੇ ਨਵੇਂ ਆਏ ਨਾ ਰਕੇ ਜੀ ਇੱਥੇ ਅਫਸਰ ਅਮਿਤ ਸਰੀਨ ਜੀ, ਕੱਲ੍ਹ ਉਹਨਾਂ ਨੂੰ ਮੈਸੇਜ ਪਾਇਆ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਉੱਦਾਂ ਤਾਂ ਸਰਕਾਰ ਕਹਿੰਦੀ ਹੈ ਅਫਸਰ ਆਪਕੇ ਦੁਆਰ, ਸਰਕਾਰ ਆਪਕੇ ਦੁਆਰ, ਉਹਨਾਂ ਭੱਦਰ ਪੁਰਸ਼ ਸਾਹਿਬ ਨੇ ਨਾ ਮੇਰੇ ਮੈਸੇਜ ਦਾ ਰਿਪਲਾਈ ਕੀਤਾ, ਨਾ ਮੇਰਾ ਫੋਨ ਦਾ ਜਵਾਬ ਦਿੱਤਾ, ਵੀ ਇਹਨਾਂ ਨੂੰ ਦੱਸੀਏ ਕਿੱਥੇ? ਇਹ ਬਾਈ ਜਿਹੜੇ ਅਫਸਰ ਸਾਹਿਬ ਹਨ ਇਹਨਾਂ ਨੂੰ ਘਰ ਬਹੋ, ਇਹ ਸ਼ਾਂਤੀ ਚਾਹੁੰਦੇ, ਪਾਠ ਪੁੱਠ ਕਰਨਾ ਹੋਣਾ ਇਹਨਾਂ ਨੇ, ਜਾਂ ਇਹਨੂੰ ਜੰਗਲਾਤ ਮਹਿਕਮੇ 'ਚ ਲਾ ਦਿਓ, ਜਿਹੜੇ ADA ਦੇ ਪ੍ਰਸ਼ਾਸਕ ਹੈਗੇ ਆ, ਇਹਨਾਂ ਨੂੰ ਲਾਓ ਉੱਥੇ ਲਾਓ, ਇਹਨਾਂ ਨੂੰ ਪਬਲਿਕ ਡੇਲੀ ਦੀ ਪੋਸਟ 'ਤੇ ਕਿਉਂ ਲਾਇਆ ਜੇ? ਨਹੀਂ ਹੁਣ ਕਹਿੰਦੇ ਅਫਸਰ ਆਪਕੇ ਦੁਆਰ, ਆਪਕੇ ਦੁਆਰ ਨਹੀਂ ਕਹਿੰਦੇ, ਇਹਦੇ ਆਪਣੇ ਦੁਆਰ ਆਇਆਂ ਵਾਲਿਆਂ ਨੂੰ ਨਹੀਂ ਮਿਲਦੇ। ਚਲੋ ਕੋਈ ਤਾਂ ਗਾਜੇ ਜਿਹੜਾ ਇਹਨਾਂ ਦੇ ਦੁਆਰ ਜਾਂਦਾ ਉਹਨੂੰ ਵੀ ਜੇ ਮਰਜ਼ੀ ਹੁੰਦੀ ਮਿਲੇ, ਜੇ ਵਹਿੰਦੇ ਵੀ ਇਹਦੇ ਕੋਲ ਕੋਈ ਫਾਇਦਾ ਹੋਣਾ ਤਾਂ ਉਹਨੂੰ ਅੰਦਰ ਵਾੜ ਲੈਂਦੇ ਆ, ਸਿਰਫ ਇੱਕ ਕਮਿਸ਼ਨਰ ਨਗਰ ਨਿਗਮ ਆ ਜਾਂ ਡਿਪਟੀ ਕਮਿਸ਼ਨਰ ਆ ਮਾਨ ਜੋ ਦੋਵੇਂ ਮਿਲਣ ਡੇ ਲੋਕਾਂ ਨੂੰ, ਜਿਹੜੇ ਮਿਲ ਕੇ ਹੱਲ ਕਰਦੇ ਆ, ਕਮਿਸ਼ਨਰ ਪੁਲਿਸ ਕਮਿਸ਼ਨਰ ਵੀ ਲੋਕਾਂ ਦੀ, ਪੁਲਿਸ ਕਮਿਸ਼ਨਰ ਵੀ ਮਿਲਦੇ ਆ, ਅੱਛੇ ਬੰਦੇ, ਕਈ ਅਧਿਕਾਰੀ ਅੱਛੇ ਲੱਗੇ, ਕਈ ਇੱਦਾਂ ਦੇ ਵੀ ਅੱਜ ਦੇ ਜਿਹੜੇ ਸਰਕਾਰ ਦਾ ਅੱਖ ਖਰਾਬ ਕਰਦੇ ਆ, ਜਿਹੜੇ ਇਹੋ ਜਿਹੇ ਅੱਖ ਖਰਾਬ ਕਰਨ ਵਾਲੇ ਅਧਿਕਾਰੀ ਆ, ਜਿੱਦਾਂ ADA ਦੇ ਪ੍ਰਸ਼ਾਸਕ ਆ, ਇਹਨੂੰ ਬਦਲ ਦੇਣਾ ਚਾਹੀਦਾ। ਨਹੀਂ ਬਦਲ ਕੇ ਹੀ ਲਾਏ ਨਾ, ਪਹਿਲੇ ਇਹਨੂੰ ਪੁਰਾਣੇ ਸੀਗੇ ਲਾਉਣਾ ਚਾਹੀਦਾ, ਰਜਤ ਅਪਰਾਏ ਸੀਗੇ ਉਹ, ਤੇ ਫਿਰ ਲੋਕਾਂ ਨੂੰ ਮਿਲਦੇ ਸੀ। ਦੇਖੋ ਇਲੀਗਲ ਕਲੋਨੀਆਂ 'ਤੇ ਜੇ ਤੁਸੀਂ ਕਾਰਵਾਈ ਕੀਤੀ ਉਹਨੂੰ ਕਿਹਾ ਜੀ, ਜਨਤਾ ਨੂੰ ਜਾਣਨ ਦਾ ਅਧਿਕਾਰ ਹੈ ਵੀ ਤੁਸੀਂ ਕਿਹੜੀਆਂ ਕਲੋਨੀਆਂ 'ਤੇ ਕਾਰਵਾਈ ਕੀਤੀ, ਜਾਂ ਤੁਸੀਂ ਹੋਰ ਕਿਹਨਾਂ 'ਤੇ ਕਾਰਵਾਈ ਕਰ ਰਹੇ ਹੋ, ਕੀ ਸਿਰਫ ਅਤੇ ਸਿਰਫ ਇਹੋ ਹੀ ਇਲੀਗਲ ਕਲੋਨੀਆਂ ਬਣ ਰਹੀਆਂ, ਹੋਰ ਕੀ? ਪਲਾਹ ਸਾਹਿਬ ਰੋਡ 'ਤੇ ਮੈਨੂੰ ਕੋਈ ਦੱਸ ਗਿਆ ਵੀ ਗੁਰਦੁਆਰੇ ਦੇ ਕੋਲ, ਹੁਣ ਮੈਨੂੰ ਸੱਚ ਹੈ ਕਿ ਨਹੀਂ, ਮੈਂ ਉਹਨਾਂ ਨੂੰ ਇਹੋ ਹੀ ਦੱਸਣਾ ਸੀ, ਉਹ ਕਹਿੰਦਾ ਵੀ ਉੱਥੇ ਕਿਸੇ ਨੇ ਨਾ SEO ਬਣਾ ਲਏ ਨੇ, ਥੋੜ੍ਹੇ SEO ਨਹੀਂ ਬਣਾਏ, ਮਤਲਬ ਬਹੁਤ ਵੱਡੀ ਗਿਣਤੀ 'ਚ SEO ਬਣਾਏ ਨੇ, ਅਤੇ ਕਹਿੰਦਾ ਉਹ ਵੇਚ ਰਿਹਾ, ਅਤੇ ਜੋ ਮੈਨੂੰ ਇਨਫੋਰਮੇਸ਼ਨ ਦੇ ਕੇ ਗਿਆ ਨਾ ਬੰਦਾ, ਕਹਿੰਦਾ ਉਹ ਸਾਰੇ ਦੇ ਸਾਰੇ ਇਲੀਗਲ ਹੈ, ਇਹੋ ਮੈਂ ਇਹਨਾਂ ਨੂੰ ਦੱਸਣਾ। ਭੰਡਾਰੀ ਸਾਹਿਬ ਏਅਰਪੋਰਟ ਰੋਡ 'ਤੇ ਬਹੁਤ SEO ਬਣ ਗਏ ਆ ਜੀ, ਆਹ ਡ੍ਰੀਮ ਸਿਟੀ ਟੱਪ ਜੋ ਅੱਗੇ SEO ਦੀ ਭਰਮਾਰ ਲੱਗ ਗਈ ਆ, SEO ਮਸ਼ਰੂਮਾਂ ਵਾਂਗੂ ਨਾ ਹੈਗੇ ਆ, SEO ਵੀ SEO ਬਣਾਉਣ ਲੱਗ ਪਏ, ਵੀ SEO ਦਾ ਆਉਂਦੇ ਰਿਵਾਜ ਬੜਾ ਪੈ ਗਿਆ ਬਾਹਰ ਜੀ, ਇਹ SEO ਲਓ, ਦਫ਼ਤਰ ਕਿਰਾਇਆ ਦਿਓ, ਕਿਰਾਇਆ ਦੀ ਇਨਕਮ ਮਾਨ ਦਿਓ, ਇੰਨੇ ਨੇ SEO ਬਣਨ ਡੇ, ਤੁਹਾਡੀ ਮਨਜ਼ੂਰੀ ਨਾਲ ਕੀ ਸਾਰਿਆਂ ਦਾ ਰੈਵਨਿਊ ਆਇਆ, CLU ਹੋਇਆ, ਕੀ ਇਹਨਾਂ ਨਕਸ਼ੇ ਪਾਸ ਕਰਾਏ ਆ, ਕੀ ਇਹਨਾਂ ਨੇ ਨਿਯਮਾਂ ਮੁਤਾਬਕ ਬਣਾਏ ਆ, ਵੇਖੋ ਦੀ ਉਹਨਾਂ ਦੇ ਜੀ, ਨਗਰ ਨਿਗਮ ਕਰੂਗੀ ਸ਼ਹਿਰ 'ਚ ਕੰਮ ਜੀ, ਨਗਰ ਸੁਧਾਰ ਟਰੱਸਟ ਕਰੂਗੀ ਸਿਵਲ ਲਾਈਨ ਏਰੀਆ 'ਚ ਕੰਮ,
ਤੇ ਜਿਹੜਾ ਹੈਗਾ ADA ਇਹ ਪੇਂਡੂ ਕੰਮ ਕਰੂਗੀ। ਹੁਣ ਜਿਹੜੇ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਕੋਲੋਂ ਜਿਹੜੇ ਉਹਨਾਂ ਦੇ STP ਆ ਡਿਸਟ੍ਰਿਕਟ ਟਾਊਨ ਪਲੈਨਰ, ਉਹ ਕਹਿੰਦੇ ਆ ਜੀ ਵੈਦ ਕਲੋਨੀਆਂ ਦਾ ਨਿਰਮਾਣ ਹੋ ਰਿਹਾ, ADA ਵੈਦ ਕਲੋਨੀਆਂ ਦੇ ਉੱਤੇ ਆਪਦੇ ਕਾਰਵਾਈ ਕਰੂਗੀ। 100 ਤੋਂ ਵੱਧ ਆਉਂਦੇ ਵੈਦ ਕਲੋਨੀਆਂ, ਇਲੀਗਲ ਕਲੋਨੀਆਂ, ਜਿਹਨਾਂ ਨੇ ਆਉਂਦੇ ਵੀ ਕੋਲੋਨਾਈਜ਼ਰਾਂ ਨੇ ਨਿਯਮਾਂ ਮੁਤਾਬਕ ਆਪਣੇ ਆਉਂਦੇ ਵੀ ਕੋਈ ਵੀ ਕੰਮ ਨਹੀਂ ਕੀਤਾ, ਫਾਰਮੈਲਿਟੀ ਨਹੀਂ ਪੂਰੀਆਂ ਕੀਤੀਆਂ ਜਾਂ ਬਣਦੀਆਂ ਫੀਸਾਂ ਨਹੀਂ ਜਮ੍ਹਾਂ ਕਰਾਈਆਂ, ਉਹਨਾਂ ਸਖ਼ਤ ਕਾਰਵਾਈ ਕੀਤੀ ਜਾਊਗੀ। 6 ਮਹੀਨੇ ADA ਨੇ 15 ਤੋਂ ਵੱਧ ਦੇ ਵੈਦ ਕਲੋਨੀਆਂ ਕਾਰਵਾਈ ਕੀ ਮਾਰਕਾ ਮਾਰਿਆ, 6 ਮਹੀਨਿਆਂ 'ਚ 15 ਕਲੋਨੀਆਂ ਨੇ ਕਾਰਵਾਈ ਕੀਤੀ। ਅਤੇ ਉਹ ਵੇਖੋ ਜਾ ਕੇ ਵੀ ਉਹ ਪਰਚੇ ਕਲੋਨੀਆਂ ਭਾਵੇਂ ਬਣ ਗਈਆਂ ਹੁਣ। ਵੇਖੋ ADA ਨੇ ਇੱਕ ਲਿਸਟ ਵੀ ਜਾਰੀ ਕੀਤੀ ਸੀ ਜੀ, ਆਉਂਦੇ ਵੀ ਇਹਨਾਂ ਦੇ ਵਿੱਚ ਪਲਾਟ ਨਾਲ ਉਹ ਇਹ ਕਲੋਨੀਆਂ ਵੈਦ ਹੈ, ਉਹਨਾਂ 'ਚ ਮੈਂ ਕੁਛ ਕਲੋਨੀਆਂ ਦੇ ਨਾਂ ਬੋਲਦਾ ਹਾਂ ਜੀ। ਜਿਹੜਾ ਜਿਹੜੇ ਡਿਸਟ੍ਰਿਕਟ ਟਾਊਨ ਪਲੈਨਰ ਗੁਰਸੇਵਕ ਸਿੰਘ ਜੀ, ਉਹਨਾਂ ਜਿਹੜੀ ਸੂਚੀ ਕੀ ਜਾਂਦੇ ਪਿੰਡ ਬੁੱਢਾ ਥੇ, ਬਾਬਾ ਫਤਿਹ ਸਿੰਘ ਕਲੇਵ ਚਮਿਆਰੀ, ਗੁਰੂ ਨਾਨਕ ਐਵਨਿਊ ਚਗਾਵਾਂ, ਦੀਪ ਕਲੇਵ ਚਗਾਵਾਂ, ਐਸਮਾ ਸਟੇਟ ਗੋਂਸਾਬਾਦ, ਹੈਰੀਟੇਜ ਸਿਟੀ ਗੁਮਾਨਪੁਰਾ, ਡਰੀਮ ਸਿਟੀ ਹਰਸ਼ਾ ਸੀਨਾ, ਆਰਮ ਪਾਇਨਰ ਇਨਕਲੇਵ ਨੰਗਲੀ, ਅਤੇ ਆਸ਼ਿਆਨਾ ਸਟੇਟ ਨੰਗਲੀ, ਸੈਲੀਬ੍ਰੇਸ਼ਨ ਵਿਹਾਰ ਨੰਗਲੀ, ਗੁਰੂ ਨਾਨਕ ਐਵਨਿਊ ਨਵਾਂ ਪਿੰਡ, ਅੰਬੇ ਬਿੱਲਾ ਪੰਡੋਰੀ ਬਰਾਇਤ, ਨਿਊ ਟਾਂਗਰਾ ਅਨਕਲੇਵ ਟਾਂਗਰਾ, ਡੈਮੰਡ ਸਟੇਟ ਉਮਰਾ ਨੰਗਲ ਆਉਂਦੇ ਵੀ ਪੈ ਕਈਆਂ ਦੇ ਵਿੱਚੋਂ ਪੈਪਰਾ ਜਿਹੜਾ ਐਕਟ ਹੈਗਾ 1995 'ਤੇ ਲਾਇਸੈਂਸ ਵੀ ਨਹੀਂ ਲਿਆ, ਆਉਂਦੇ ਵੀ ਜਿਹੜਾ ਅਸੀਂ ਨੋਟਿਸ ਦੇਵਾਂਗੇ ਜਿਹੜਾ ਜਿਹੜਾ ਤਾਂ ਲਾਇਸੈਂਸ ਲੈ ਲੂ ਜਾਂ ਫੀਸਾਂ ਦੇ ਦੂਗਾ, ਨਹੀਂ ਬਾਕੀਆਂ 'ਤੇ ਕਾਰਵਾਈ ਕਰਾਂਗੇ। ਜੇ ADA ਜੋ ਲਿਸਟ ਜਾਰੀ ਕਰ ਸਕਦੀ ਆ, ਨਗਰ ਨਿਗਮ ਨੇ ਕਿਉਂ ਨਹੀਂ ਅੱਜ ਤੱਕ ਲਿਸਟ ਜਾਰੀ ਕੀਤੀ ਜੀ ਕਿੰਨੀਆਂ ਇਲੀਗਲ ਕਲੋਨੀਆਂ? ਵੇਖੋ ਇੱਕ ਬੰਦੇ ਦੀਆਂ ਝਬਾਰ ਰੋਡ 'ਤੇ 5-6 ਦੇ ਵੈਦ ਕਲੋਨੀਆਂ ਉਹਨੇ ਕੱਟੀਆਂ ਜੀ, ਉਹ ਖਸਰੇ ਨੰਬਰ ਕਿਸੇ ਦਾ ਪਾ ਦਿੰਦਾ ਕਬਜ਼ੇ ਸਰਕਾਰੀ ਜ਼ਮੀਨ ਦੇ ਦੇਣ ਦਾ। ਵੇਖੋ ਕਿੱਦਾਂ ਉਹਨੇ ਲੱਕੜ ਮੰਡੀ 'ਚ ਆਲੀ ਸ਼ਾਨ 8 ਮੰਜ਼ਿਲਾ ਉਹਨੇ ਹੋਟਲ ਬਣਾ ਤਾ, SCO GD ਰੋਡ 'ਤੇ ਬਣਾ ਰਿਹਾ, SCO ਰਾਇਆ ਸਾਂਸੀ ਰੋਡ 'ਤੇ ਬਣਾਉਂਦੇ, ਕਈ ਅਫਸਰਾਂ ਦੀ ਕਾਲੀ ਕਮਾਈ ਉਹਦੇ ਵਿੱਚ ਲੱਗੀ ਆ, ਕਈ ਲੀਡਰਾਂ ਦੀ ਕਾਲੀ ਕਮਾਈ ਇਹਦੇ ਵਿੱਚ ਲੱਗੀ ਆ ਜੀ। ਇੱਥੇ ਨਾ ਇਹ ਸਵਾਲ ਇਹ ਉੱਠਦਾ ਕਿ ਇਕੱਲਾ ਮੁੱਖ ਮੰਤਰੀ ਭਗਵੰਤ ਮਾਨ ਕੀ ਕਰੇਗਾ? ਦੇਖੋ ਉਹ ਵੀ ਵਿਚਾਰਾ ਉਹਦੇ ਕੰਮ ਕਰਨ ਤੇ ਉਹਦੇ ਕੋਈ, ਵੇਖੋ ਜੀ ਭਗਵੰਤ ਮਾਨ ਦੇ ਸਿਪਾਹੀ ਆ ਨੇ, ਫੌਜ ਆ ਬੜੀ ਤਗੜੀ, 93-94 ਬੰਦੇ ਨਾਲ ਹੈਗੇ ਆ, 93 ਬੰਦੇ ਇਹ ਜਿਹੜੀ ਫੌਜ ਆ, ਆਪਣੇ ਜਰਨੈਲਾਂ ਨੂੰ ਕਵੇ ਵੀ ਆਪਣੀ ਫੌਜ ਲੈ ਕੇ ਨਿਕਲੋ, ਜਾਓ ਇੱਥੇ MLA ਦੇ ਹਲਕੇ ਦੀ ਡਿਊਟੀ ਲਾਵੇ, ਜਿਹੜੇ ਹਲਕੇ 'ਚ ਫਤਿਹਪੁਰ ਦਾ ਕਬਜ਼ਾ ਵੀ ਜਾਓ ਵੀ ਭੰਡਾਰੀ ਸਾਹਿਬ ਨਾਲ ਲੈ ਕੇ ਕਾਗਜ਼ ਪੱਤਰ ਵੇਖ ਅਤੇ ਨਾਲ ਹੋ ਕੇ DC ਕੋਲ ਬਹਿ ਕੇ ਅਤੇ ਉਹਨਾਂ ਦੇ ਪਰਚਾ ਦਰਜ ਕਰਾ, ਚਾਹੀਦਾ ਤਾਂ ਇਹ ਹੈ ਨਾ ਆਪਣੇ ਜਰਨੈਲਾਂ ਦੀ ਡਿਊਟੀ ਲਾਉਣ, ਇਹ ਜਰਨੈਲ ਉਹਨਾਂ ਦੇ ਇਸ ਕੰਮ ਵਾਸਤੇ ਆ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਲੋਕਾਂ ਨੇ ਇਹਨਾਂ ਨੂੰ ਇਸੇ ਗੱਲ 'ਤੇ ਚੁਣਿਆ ਵੀ ਜਿਹੜੀ ਸਰਕਾਰੀ ਜ਼ਮੀਨਾਂ ਦੇ ਕੋਈ ਗਲਤ ਮਲਤ ਕੰਮ ਨਾ ਹੋਵੇ, ਲੋਕਾਂ ਦੇ ਮਸਲੇ ਘਰ ਬੈਠਿਆਂ ਹੱਲ ਹੋਣ, ਇਲੀਗਲ ਬਿਲਡਿੰਗਾਂ ਨਾ ਹੋਵੇ, ਲੋਕਾਂ ਕੋਲ ਰਿਸ਼ਵਤ ਪਾਣੀ ਕੋਈ ਨਾ ਲਵੇ, ਹਸਪਤਾਲਾਂ 'ਚ ਕੋਈ ਡਾਕਟਰ ਏਜੰਟ ਨੂੰ ਭਾਗੇ ਦਵਾਈਆਂ ਨਾ ਲਿਖਾਵੇ, ਹਸਪਤਾਲਾਂ 'ਚ ਕੋਈ ਛਪੀ ਦੇ ਪੈਸੇ ਨਾ ਮੰਗੇ, ਮੁਫਤ ਇਲਾਜ ਹੋਵੇ, ਲੋਕਾਂ ਕੋਲ ਆਪਰੇਸ਼ਨਾਂ ਦੇ ਪੈਸੇ ਨਾ ਲੈ ਜਾਣ। ਇਹ ਦੇਖੋ ਜਿੰਨੀਆਂ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ, ਸਾਰਿਆਂ ਨੇ ਰਕੇ ਜੀ ਸਭ ਜਗ੍ਹਾ ਨੇ ਸਰਕਾਰੀ ਰਸਤੇ ਜਿੰਨੇ ਨਾ ਇਹਨਾਂ ਨੇ ਵਿੱਚ ਪਾਏ, ਉਹਨਾਂ ਨੇ ਪਾਲੇ ਸਰਕਾਰੀ ਵੇਚ ਦਿੰਦੇ ਆ, ਅਤੇ ਸਰਕਾਰ ਸ਼ਾਮ ਰਾਤ ਜਗ੍ਹਾ ਵਿੱਚ ਪਾ ਕੇ ਲਾ ਦਿੰਦੇ ਆ, ਜਦੋਂ ਕਹਿੰਦੇ ਸੀ ਅਸੀਂ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਖਾਲੀ ਕਰਾਵਾਂਗੇ, ਉਹ ਰੱਬ ਦਾ ਵਾਸਤਾ ਦੇ ਪੰਜਾਬ 'ਤੇ ਪਹਿਲੇ ਕੰਗਾਲ ਹੋ ਗਿਆ, 3.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਪੰਜਾਬ 'ਤੇ ਰਕੇਸ਼ ਜੀ ਹੋ ਗਿਆ, ਵਿਆਜ ਦੇਣ ਵਾਸਤੇ ਵੀ ਚੀਕਾਂ ਨਿਕਲਦੀਆਂ ਸਰਕਾਰ ਦੀਆਂ, ਕੋਈ ਸ਼ੱਕ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਸ਼ਾ ਜਿਹੜੀ ਬਹੁਤ ਚੰਗੀ ਹੈ, ਪਰ ਜਦੋਂ ਅਲਟੀਮੇਟਲੀ ਰਕੇਸ਼ ਜੀ ਪੈਸਾ ਹੋਊਗਾ ਤਾਂ ਪੈਸਾ ਕਿਤੇ ਲਾਵਾਂਗੇ ਨਾ ਆਪਾਂ, ਜਦੋਂ ਪੈਸਾ ਹੀ ਨਹੀਂ ਆਏਗਾ, ਚੰਦ ਬੰਦਿਆਂ ਦੇ ਉੱਤੇ ਕਹਿੰਦੇ ਵੀ ਸੱਪ ਵਾਂਗੂ ਕੁੰਡਲੀ ਮਾਰ ਕੇ ਬਹਿ ਜਾਣਗੇ, ਉਸ ਰੈਵਨਿਊ ਦੇ ਉੱਤੇ ਜਿਹੜਾ ਰੈਵਨਿਊ ਸਰਕਾਰ ਦੇ ਖਜ਼ਾਨੇ 'ਚ ਆਉਣਾ ਹੈ ਉਹ ਰੈਵਨਿਊ ਦੀਆਂ ਜੇਬਾਂ 'ਚ ਜਾਂਦਾ ਰਹੂਗਾ, ਫਿਰ ਤਾਂ ਪੰਜਾਬ ਦਾ ਰੱਬ ਹੀ ਰੱਖ। ਵੇਖੋ ਲੋਕਾਂ ਦਾ ਧਿਆਨ ਹੈ ਸੈਂਟਰਲ ਅਤੇ ਸਾਊਥ ਵੱਲ, ਵੀ ਇੱਧਰ ਬਿਲਡਿੰਗਾਂ ਬਹੁਤ ਬਣ ਗਈਆਂ ਨੇ, ਸਾਰੇ ਬਣੇ ਬਣੀਆਂ ਅਤੇ ਲੀਡਰਾਂ ਦੀ
ਸਹਿਮਤੀ ਨਾਲ ਬਣੀਆਂ, ਲੈਂਡ ਮਾਫੀਆ ਦੀ ਸਹਿਮਤੀ ਨਾਲ ਬਣੀਆਂ, ਅਫਸਰਾਂ ਦੀ ਸਹਿਮਤੀ ਨਾਲ ਬਣੀ, ਜਿੱਦਾਂ ਆਪਾਂ ਸਟੇਸ਼ਨ ਹੋਟਲ ਦੀ ਗੱਲ ਕਰਦੇ 20-20 ਫੁੱਟ ਜਗ੍ਹਾ ਛੱਡਣੀ ਛੱਡੀ ਕਿਤੇ ਨਹੀਂ। ਅਤੇ ਰਕੇਸ਼ ਜੀ ਫਿਰ ਸਾਰੇ ਦੇਖੋ ਰਕੇਸ਼ ਜੀ ਫਿਰ ਨਿਯਮ ਸਭ ਲੀਕ ਕਰਦੇ, ਫਿਰ ਤਾਂ ਤੁਸੀਂ ਖੁੱਲ੍ਹਾ ਕਰਦੇ ਹੋ ਨਾ, ਫਿਰ ਸਰਕਾਰ ਨੂੰ ਰੈਵਨਿਊ ਕਿੱਥੋਂ ਆਏਗਾ? ਸਵਾਲ ਤਾਂ ਇਹ ਹੈ ਕਿੱਥੋਂ ਤੁਸੀਂ ਮਹਿਲਾਵਾਂ ਨੂੰ 1000-1000 ਰੁਪਇਆ ਦਿਓਗੇ, ਕਰਜ਼ੇ ਲੈ ਕੇ ਦਿਓਗੇ? ਕਰਜ਼ਾ ਤਾਂ ਪਹਿਲੇ ਹਾਲਾਤ ਹੋ ਗਏ ਸਨ, ਤੁਹਾਨੂੰ ਆਪਣੀ 10,000 ਕਰੋੜ ਦੀ ਲਿਮਿਟ ਵਧਾਉਣ ਵਾਸਤੇ ਸੈਂਟਰ ਗੌਰਮੈਂਟ ਨੂੰ ਰਿਕੁਐਸਟ ਕਰਨੀ ਪਈ। ਤੁਸੀਂ ਦੇਖੋ ਰਕੇਸ਼ ਜੀ, RDF ਦਾ ਪੈਸਾ ਤੁਹਾਡਾ ਨਹੀਂ ਆ ਰਿਹਾ, ਕਿਉਂ ਨਹੀਂ ਆ ਰਿਹਾ? ਜਿੱਥੇ ਕਿਤੇ ਕਮੀ ਹੈ, ਤੁਸੀਂ ਸੁਪਰੀਮ ਕੋਰਟ 'ਚ ਵੀ ਪਹੁੰਚੇ ਸੀਗੇ, ਸਰਕਾਰ ਪਹੁੰਚੀ ਸੀ, ਜੇ ਫੈਸਲਾ ਕੀ ਹੈ ਉਹਦੇ ਮੈਨੂੰ ਨਹੀਂ ਉਹਦਾ ਬਾਰੇ ਪਤਾ। ਹੁਣ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਰਹੇ ਨੇ, ਅਤੇ ਹੁਣ ਜਿਹੜਾ ਪਹਿਲਾਂ ਬਦਲਣ ਦੇ ਪੈਸਾ ਰੁਕਦਾ ਨਾ, ਵੇਖੋ ਕਈ ਜਿਹਾ ਥੜਾ ਭਲਾ ਲੈਂਦਾ ਨਾ ਦੁਕਾਨ ਅੱਗੇ, ਉਹਨੂੰ ਤੋੜਨ ਆ ਜਾਂਦੇ ਆ, ਕੋਈ ਸ਼ਾਨਸ਼ੇਡ ਪਾ ਲੈਂਦਾ ਉਹਨੂੰ ਤੋੜਨ ਆ ਜਾਂਦੇ ਆ, 8-8 ਮੰਜ਼ਿਲਾ ਹੋਟਲ ਬਣਾ ਲੈਂਦੇ ਆ, ਉਹਨੂੰ ਨਹੀਂ ਤੋੜਦੇ। ਚਲੋ ਉਮੀਦ ਕਰਦੇ ਹਾਂ ਕਿ ਕਦੀ ਤਾਂ ਮਾਫੀਆ ਰਾਜ ਜਿਹੜਾ ਉਹ ਖਤਮ ਹੋਏਗਾ। ਬਦਲਾਵ ਵਾਲੀ ਸਰਕਾਰ ਆਈ ਸੀ, ਲੋਕਾਂ ਨੂੰ ਬਹੁਤ ਉਮੀਦਾਂ ਸਨ, ਹਜੇ ਵੀ ਉਮੀਦ ਬੇਉਮੀਦ ਨਹੀਂ ਹੋਏ ਲੋਕ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ, ਪਰ ਕੀ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਕੀ ਉਹਨਾਂ ਤੱਕ ਸਹੀ ਜਾਣਕਾਰੀ ਨਹੀਂ ਪਹੁੰਚਾਈ ਜਾ ਰਹੀ? ਇਹ ਬਹੁਤ ਵੱਡਾ ਸਵਾਲ ਹੈ। ਹਾਲਾਂਕਿ ਦਿੱਲੀ ਤੋਂ ਇੱਕ ਜਿਹੜੇ ਇਕੋਨੋਮਿਸਟ ਨੇ, ਉਹਨਾਂ ਨੂੰ ਲਾਤਾ ਗਿਆ ਅਰਵਿੰਦ ਮੋਦੀ, ਸਲਾਹਕਾਰ ਲਾਤਾ ਗਿਆ ਵੀ ਕਿਸ ਤਰ੍ਹਾਂ ਪੈਸਾ ਆਉਣਾ ਚਾਹੀਦਾ। ਪੈਸਾ ਤਾਂ ਜੇ ਲੋਕਲ ਬੋਡੀ ਡਿਪਾਰਟਮੈਂਟ ਦੀ ਜਿਹੜੀ ਚੋਰੀ ਹੋ ਰਹੀ ਹੈ ਜਾਂ ਗਲਤ ਕੰਮ ਹੋ ਰਹੇ ਨੇ ਉਹਨੂੰ ਰੋਕ ਲਿਆ ਜਾਵੇ। ਜਿਹੜੀਆਂ ਸੜਕਾਂ ਹਰ ਸਾਲ ਬਣਦੀਆਂ, ਹਰ ਸਾਲ ਟੁੱਟ ਜਾਂਦੀਆਂ, ਇੱਥੇ ਤਾਂ ਤੁਸੀਂ ਦੇਖੋ ਇੱਕ ਥਾਂ ਉੱਤੇ ਕੱਲ੍ਹ ਜਿਹੜਾ ਹਾਦਸਾ ਹੋਇਆ, ਪੁਲ 'ਤੇ ਜਾਂਦੀ ਪਈ ਕਾਰ, ਗੂਗਲ ਮੈਪ ਦਿਖਾ ਰਿਹਾ ਸੀ ਪੋਲਿਆ, ਅਤੇ ਉਹ ਕਾਰ ਵਿਚਾਰੀ ਥਾਂ ਡਿੱਗ ਪੈਂਦੀ ਅਤੇ 3 ਬੰਦੇ ਮਰ ਜਾਂਦੇ। ਹੁਣ ਕੁਛ ਇੰਜੀਨੀਅਰਾਂ ਦੇ ਉੱਤੇ ਮਾਮਲਾ ਤਾਂ ਦਰਜ ਹੋਇਆ। ਸਵਾਲ ਇਹ ਉੱਠਦਾ ਕਿ ਕੀ ਉਹ ਬੰਦੇ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਉਹ ਵਾਪਸ ਆ ਜਾਣਗੇ? ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਸਰਕਾਰ ਖਾਲੀ ਕਿਉਂ ਨਹੀਂ ਕਰਵਾ ਪਾ ਰਹੀ? ਬਹੁਤ ਵੱਡਾ ਸਵਾਲ ਹੈ ਕਿ ਤੁਹਾਡੇ 'ਤੇ ਇਲੀਗਲ ਜਿਹੜੀਆਂ ਬਿਲਡਿੰਗਾਂ ਬਣੀਆਂ, ਤੁਹਾਡਾ ਉਹਦੇ 'ਤੇ ਕੰਟਰੋਲ ਕਿਉਂ ਨਹੀਂ ਹੈ? ਤੁਸੀਂ ਤਾਂ ਬਦਲਾਵ ਵਾਲੀ ਸਰਕਾਰ ਸੀਗੇ। ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਹਜੇ ਜਨਤਾ ਚਾਹੁੰਦੀ ਹੈ। ਸਾਨੂੰ ਇਜਾਜ਼ਤ, ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।